ਮੇਰਾ ਨਾਮ ਮਨਨ ਗੋਇਲ ਹੈ। ਕਿਹੜੀ ਜਗ੍ਹਾ ਤੋਂ? ਮੈਂ ਮੌੜ ਮੰਡੀ ਤੋਂ ਹਾਂ। ਸਨਮਾਨਿਤ ਕਿਵੇਂ ਕੀਤਾ ਗਿਆ? ਕੀ ਕੀਤਾ ਗਿਆ ਇਸ ਤੇ? ਮੈਨੇ ਰਮਾਇਣ ਮਨਕਾ 108 ਦਾ ਵਰਲਡ ਰਿਕਾਰਡ ਬਣਾਇਆ ਹੈ। ਮੇਰਾ ਨਾਮ ਇੰਡੀਆ ਏਸ਼ੀਆ ਵਰਲਡ ਰਿਕਾਰਡ ਐਂਡ ਕਿੰਗਸ ਬੁੱਕ ਆਫ ਰਿਕਾਰਡਸ ਦੇ ਵਿੱਚ ਮੇਰਾ ਨਾਮ ਦਰਜ ਹੋ ਗਿਆ ਹੈ। ਤੇ ਪ੍ਰੇਰਣਾ ਕਿਵੇਂ ਮਿਲੀ? ਕਿਵੇਂ ਵੀ ਇਸ ਤਰ੍ਹਾਂ ਕਰਨਾ ਚਾਹੀਦਾ? ਮੇਰੇ ਛੋਟੇ ਭਾਈ ਦਾ ਵਰਲਡ ਰਿਕਾਰਡ ਬਣਿਆ ਹੋਇਆ ਹੈ ਜੋ ਕਿ ਹਨੂੰਮਾਨ ਚਾਲੀਸਾ 1 ਮਿੰਟ 54 ਸੈਕਿੰਡ ਦੇ ਵਿੱਚ ਸੁਣਾ ਦਿੰਦਾ ਹੈ। ਤੇ ਉਸਨੇ ਆਪਣਾ ਹੀ ਰਿਕਾਰਡ ਤੋੜ ਕੇ 1 ਮਿੰਟ 27 ਸਕਿੰਟਾਂ ਦੇ ਵਿੱਚ ਉਸਨੇ ਆਪਣਾ ਰਿਕਾਰਡ ਨਵਾਂ ਬਣਾ ਦਿੱਤਾ ਹੈ। ਤੇ ਲਾਸਟ ਈਅਰ ਉਸਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਥੋੜਾ ਜਿਹਾ ਸੁਣਾ ਵੀ ਦਿਓ। ਰਘੁਪਤੀ ਰਾਘਵ ਰਾਜਾ ਰਾਮਪਤੀ ਤੇ ਪਾਵਨ ਸੀਤਾ ਰਾਮ ਜੈ ਰਘੁਨੰਦੇ ਜੈ ਗਨ ਸ਼ਾਮਪਤੀ ਤੇ ਪਾਵਨ ਸੀਤਾ ਰਾਮ ਬੀੜ ਪੜੀ ਜੈ ਭਗਤ ਭੁਖਾਰੇ ਦੂਰ ਕਰੋ ਪ੍ਰਭ ਦੁੱਖ ਹਮਾਰ ਦਸ਼ਰਥ ਕੇ ਗਰਜਨ ਮੇ ਰਾਮਪਤੀ ਤੇ ਪਾਵਨ ਸੀਤਾ ਰਾਮ ਵਿਸ਼ਵਾ ਮਿੱਤਰ ਮੁਨੀਸ਼ਵਰ ਆਏ ਦਸ਼ਰਥ ਧੂਪ ਕੋ ਵਚਨ ਸੁਣਾਏ ਸੰਗ ਮੇ ਭੇਜੇ ਲਕਸ਼ਮਣ ਰਾਮਪਤੀ ਤੇ ਪਾਵਨ ਸੀਤਾ ਰਾਮ ਵਣ ਮੇ ਜਾਏ ਤਾਰਕਾ ਮਾਰੀ ਚਰਨ ਛੁਆਈ ਹਿਲਿਆ ਤਾਰੀ ਰਿਸ਼ਿਓ ਕੇ ਦੁਖਰ ਤੇ ਰਾਮਪਤੀ ਤੇ ਪਾਵਨ ਸੀਤਾ ਰਾਮ। ਮੇਰਾ ਅਪਰੋਕਸੀਮੇਟ 10 ਬੁੱਕਸ ਦੇ ਵਿੱਚ ਨਾਮ ਦਰਜ ਹੋ ਗਿਆ ਹੈ। ਤੇ ਜਿਹੜੇ ਤੁਹਾਨੂੰ ਸਿੱਖਿਆ ਦਿੱਤੀ ਹੈ ਇਹ ਕਿਹਨੇ ਸਿੱਖਿਆ ਦਿੱਤੀ? ਇਹ ਮੈਨੂੰ ਮੇਰੇ ਮਾਤਾ ਪਿਤਾ ਜੀ ਨੇ ਸਿੱਖਿਆ ਦਿੱਤੀ ਹੈ। ਜਦੋਂ ਫਿਰ ਤੁਸੀਂ ਪੜ੍ਹਦੇ ਹੋ ਤਾਂ ਬੰਦਾ ਕੰਠ ਕਰ ਜਾਂਦੇ ਜਾਂ ਯਾਦ ਕਰਦੇ ਉਹ ਦੁਆ ਫਿਰ ਕਿਹਨੂੰ ਸੁਣਾਉਂਦੇ? ਮੈਂ ਇਹ ਆਪਣੇ ਦਾਦਾ ਦਾਦੀ ਜੀ ਨੂੰ ਸੁਣਾਉਂਦਾ। ਤੇ ਬੱਚੇ ਨੂੰ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਬੱਚੇ ਦਾ ਨਾਮ ਆਇਆ, ਫਿਰ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਆਇਆ, ਫਿਰ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮ ਆਇਆ। ਪਹਿਲਾਂ ਮੇਰੇ ਛੋਟੇ ਬੱਚੇ ਨੇ ਜਿਹੜਾ ਵਰਲਡ ਰਿਕਾਰਡ ਬਣਾਇਆ ਸੀ ਉਹਨੂੰ ਦੇਖਦੇ ਹੋਏ ਇਹ ਬੱਚੇ ਨੇ ਵੀ ਚਾਹਿਆ ਮੈਂ ਕੁਛ ਕਰਕੇ ਦਿਖਾਵਾਂ ਜੀ। ਉਦੋਂ ਬਾਅਦ ਉਸ ਤੋਂ ਪ੍ਰੇਰਣਾ ਮਿਲਦੇ ਹੋਏ ਇਹਨੇ ਇਸ ਦਾ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਜੀ। ਇਹਨੇ ਰਮਾਇਣ ਮਨਕਾ 108 ਜੀ ਫਾਸਟੈਸਟ ਗਾ ਕੇ ਦੁਨੀਆ ਦਾ ਪਹਿਲਾ ਬੱਚਾ ਬਣਿਆ ਜਿਹਨੇ ਬਹੁਤ ਜਲਦੀ ਗਾਇਆ ਜੀ। ਪਹਿਲੇ ਬੱਚੇ ਨੂੰ ਜੀ ਉਸਨੇ 1 ਮਿੰਟ 54 ਸਕਿੰਟਾਂ ਦੇ ਵਿੱਚ ਜੀ ਹਨੂੰਮਾਨ ਚਾਲੀਸਾ ਗਾ ਕੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਉਸ ਬੱਚੇ ਦਾ ਛੋਟੇ ਬੱਚੇ ਦਾ ਜੀ ਛੋਟੇ ਬੱਚੇ ਦਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੋਇਆ, ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮ ਦਰਜ ਹੋਇਆ ਤੇ ਐਕਸਕਲੂਸਿਵ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਹੋਇਆ ਤੇ ਬੱਚੇ ਨੂੰ ਪ੍ਰਿਥਵਾ ਸ਼੍ਰੀ ਅਵਾਰਡ ਮਿਲਿਆ ਜੀ ਤੇ ਬੱਚੇ ਨੂੰ ਕਿੰਗ ਅਵਾਰਡ ਮਿਲਿਆ ਜੀ ਤੇ ਸਵਿਮਾਨ ਅਵਾਰਡ ਮਿਲਿਆ। ਬੱਚੇ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ, ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਤੇ ਰਾਜਸਥਾਨ ਦੇ ਉੱਥੇ ਕੁਛ ਆਪਣਾ ਮਿਨਿਸਟਰ ਸੀ ਜਿਨ੍ਹਾਂ ਨੇ ਸਨਮਾਨਿਤ ਕੀਤਾ ਗਿਆ ਬੱਚੇ ਨੂੰ ਰਾਜਸਥਾਨ ਦੇ ਜੈਪੁਰ ਦੇ ਵਿੱਚ ਜੀ। ਪਰਿਵਾਰ ਦੇ ਵਿੱਚ ਇਸ ਤਰ੍ਹਾਂ ਜੀ ਹਨੂੰਮਾਨ ਚਾਲੀਸਾ ਦਾ ਪਾਠ ਅਸੀਂ ਸਾਰੇ ਕਰਦੇ ਹਾਂ ਜੀ, ਠੀਕ ਹੈ ਜੀ। ਇਹ ਪਾਠ ਤੋਂ ਉਸ ਤੋਂ ਬੱਚੇ ਨੂੰ ਹੌਲੀ ਹੌਲੀ ਉਹਨੂੰ ਪ੍ਰੇਰਣਾ ਮਿਲਦੀ ਰਹੀ ਜੀ। 1-2 ਫੰਕਸ਼ਨ ਸੀ ਸਾਡੇ ਜੀ ਮੰਡੀ ਦੇ ਵਿੱਚ ਜੀ ਸਾਲਾਸਰ ਮੰਡਲ ਦਾ, ਉੱਥੋਂ ਉਹਨਾਂ ਨੇ ਪ੍ਰਾਈਜ਼ ਰੱਖਿਆ ਹੋਇਆ ਸੀ ਜਿਹੜਾ ਸਭ ਤੋਂ ਛੋਟਾ ਬੱਚਾ ਹਨੂੰਮਾਨ ਚਾਲੀਸਾ ਬਿਨਾਂ ਦੇਖੇ ਗਾਊਗਾ ਉਹਨੂੰ ਅਸੀਂ ਸਨਮਾਨਿਤ ਕਰਾਂਗੇ। ਤੇ ਇਸ ਤਰ੍ਹਾਂ ਉਸੇ ਬੱਚੇ ਨੂੰ ਸਨਮਾਨਿਤ ਕੀਤਾ ਗਿਆ, ਇਹੀ ਬੱਚਾ ਨਿਕਲਿਆ ਸਭ ਤੋਂ ਤੇਜ਼ ਗਾਉਣ ਵਾਲਾ। ਮੇਰਾ ਨਾਮ ਡਾਕਟਰ ਅਮਨਦੀਪ ਹੈ ਜੀ, ਮੈਂ ਮੌੜ ਮੰਡੀ ਤੋਂ ਬਿਲੋਂਗ ਕਰਦੀ। ਮੈਨੂੰ ਬਹੁਤ ਹੀ ਖੁਸ਼ੀ ਹੈ ਤੇ ਮੈਨੂੰ ਆਪਣੇ ਬੱਚਿਆਂ ਤੇ ਬਹੁਤ ਹੀ ਪ੍ਰਾਊਡ ਹੈ ਕਿ ਮੇਰੇ ਬੱਚੇ ਇਸ ਚੰਗੇ ਰਾਹ ਉੱਤੇ ਚੱਲ ਰਹੇ ਨੇ ਜੀ ਤੇ ਆਪਣੀ ਮੰਡੀ ਦਾ ਨਾਮ, ਆਪਣੇ ਫੈਮਿਲੀ ਦਾ ਨਾਮ, ਆਪਣੇ ਫਾਦਰ ਦਾ ਨਾਮ ਰੋਸ਼ਨ ਕਰ ਰਹੇ ਨੇ ਜੀ। ਵੱਡੇ ਬੱਚੇ ਨੂੰ ਜੀ ਪ੍ਰੇਰਣਾ ਆਪਣੇ ਛੋਟੇ ਬ੍ਰਦਰ ਤੋਂ ਮਿਲੀ ਜਦੋਂ ਉਹਨੇ ਹਨੂੰਮਾਨ ਚਾਲੀਸਾ ਦਾ ਉਚਾਰਨ ਕਰਕੇ
ਤਾਂ ਰਾਸ਼ਟਰਪਤੀ ਵੱਲੋਂ ਵੀ ਉਸਨੂੰ ਸਨਮਾਨਿਤ ਕੀਤਾ ਗਿਆ, ਤਾਂ ਇਹਨੂੰ ਵੀ ਲੱਗਿਆ ਕਿ ਮੈਂ ਵੀ ਕੁਛ ਇੱਦਾਂ ਦਾ ਕਰਾਂ ਜਿਸ ਨਾਲ ਮੇਰਾ ਵੀ ਕੋਈ ਵਰਲਡ ਰਿਕਾਰਡ ਬਣੇ। ਤਾਂ ਕਰਕੇ ਉਹਨੇ ਜੀ ਰਮਾਇਣ ਮਨ ਕਾ 108 ਯਾਦ ਕੀਤਾ ਅਤੇ ਉਹਦਾ ਮੂੰਹ ਜਵਾਨੀ ਉਚਾਰਨ ਕੀਤਾ। ਸਾਡੀ ਸਾਰੀ ਫੈਮਿਲੀ ਹੀ ਬਹੁਤ ਅਧਿਆਤਮਿਕ ਹੈ ਜੀ, ਸਾਰੇ ਰੋਜ਼ਾਨਾ ਪਾਠ ਕਰਦੇ ਹਨ। ਇਹਦੇ ਦਾਦੀ ਜੀ ਰੋਜ਼ ਰਮਾਇਣ ਮਨ ਕਾ 108 ਪੜ੍ਹਦੇ ਹਨ ਜੀ, ਤਾਂ ਉਹਨਾਂ ਤੋਂ ਹੀ ਬੁੱਕ ਲੈ ਕੇ ਇਹਨੇ ਲਰਨ ਕੀਤੀ ਹੈ ਜੀ। ਸਮਾਜ ਵਿੱਚੋਂ ਕਿੰਨਾ ਕੁ ਸਨਮਾਨ ਮਿਲਦਾ ਜੀ, ਵੱਖ ਵੱਖ ਜਗ੍ਹਾ ਤੋਂ ਨਾਮ ਵੀ ਦਰਜ ਕੀਤੇ ਬੁੱਕਸ ਵਿੱਚ, ਸਮਾਜ ਵਿੱਚ ਬਹੁਤ ਹੀ ਵਧੀਆ ਰੈਪੂਟੇਸ਼ਨ ਬਣਦੀ ਹੈ ਜੀ ਜਦੋਂ ਬੱਚੇ ਕੋਈ ਚੰਗਾ ਕੰਮ ਕਰਦੇ ਹਨ, ਅਤੇ ਬੱਚਿਆਂ ਨੂੰ ਵੀ ਇੱਕ ਚੰਗੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ ਕਿ ਇਹਨਾਂ ਦੀ ਫੈਮਿਲੀ ਇੰਨੀ ਰਿਲੀਜੀਅਸ ਹੈ, ਤਾਂ ਬੱਚੇ ਵੀ ਉਸ ਤਰ੍ਹਾਂ ਦੇ ਹੀ ਸੰਸਕਾਰੀ ਅਤੇ ਚੰਗੇ ਰਾਹ 'ਤੇ ਚੱਲ ਰਹੇ ਹਨ। ਅਤੇ ਮਾਪੇ ਆ ਜ਼ਿਆਦਾਤਰ ਬੱਚਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ, ਕਈ ਬੱਚੇ ਗਲਤ ਰਸਤਿਆਂ 'ਤੇ ਚਲੇ ਜਾਂਦੇ ਆ, ਲੱਗਦਾ ਉਹਨਾਂ ਨੂੰ ਵੀ ਇਸ ਤਰ੍ਹਾਂ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਅਤੇ ਧਾਰਮਿਕ ਪੱਖ ਨੂੰ ਮਜ਼ਬੂਤ ਕਰਨਾ। ਜਦੋਂ ਬੱਚੇ ਧਰਮ ਦੇ ਰਸਤੇ 'ਤੇ ਜਾਣਗੇ ਜੀ, ਤਾਂ ਉਹ ਕਦੇ ਵੀ ਕਿਸੇ ਗਲਤ ਰਸਤੇ ਉੱਤੇ ਨਹੀਂ ਜਾਣਗੇ। ਪੇਰੈਂਟਸ ਦਾ ਸਭ ਤੋਂ ਵੱਡਾ ਧਨ ਹੀ ਉਹਨਾਂ ਦੇ ਬੱਚੇ ਹਨ। ਜੇ ਪੇਰੈਂਟਸ ਇਸ ਗੱਲ ਨੂੰ ਸਮਝ ਲੈਣ, ਤਾਂ ਸ਼ਾਇਦ ਆਪਣੇ ਬੱਚੇ ਸੁਧਰ ਜਾਣਗੇ ਅਤੇ ਗਲਤ ਰਸਤੇ 'ਤੇ ਕਦੇ ਨਹੀਂ ਪੈਣਗੇ ਜੀ।